अक्सर लोग सानू फोन करके कहते हैं मलक भी नहीं है मेरे को, शगिर्द पाना मुंडा से मतलब जाके मतलब जाना पेंड उन्होंने, तो शगिर्द की तरीका कर गया तेरे को मुंडा कोई शगिर्द पैना चाहे कि मिले कि आए वो। अच्छा सर ये दसो कि अपने को माशाल्लाह किन्ने मुंडे ट्रेनिंग करते हैं पिंड ना मतलब टोटल शरीर थोड़े या जो भी अगो पिछे जिन्हें मुंडे आते हैं टोटल किन्ने मुंडे इस टाइम तेरे को? एक वाल बकार पिंडर वो बहुत खिलाफ हुए आ सही है, वह बहुत अच्छा इंसान आ, मैं खुद उन्होंने मिलया तो मैं खुद वह फैन हाँ। कोई है जेडे अपने डंगर पट्ठे पाते काम करवाते नहीं, जिन्हें ट्रेनिंग करनी आ गरीब आनू वैसे ट्रेनिंग भी कराई दी आ, खर्चा अपना करी दा। हाँ जी अस्सलाम वालेकुम जी, सब दोस्तों की हाल चाल ने, सब ठीक ठाक हो? अज आए थे मतलब बिनियामीन को पिंड वो घर तो कुछ गल्लां बातें करांगे। माशाल्लाह भाई होरां ने क्लब थोड़ा जिहा वड्डा कर लिया अपना, तो क्लब बारे भी गल्लां करांगे तो मुंडियां बारे भी गल्लां करांगे। अस्सलाम वालेकुम सर जी। वालेकुम सलाम, की हाल ने सर? ठीक ठाक हो जी? अलहमदुल्ला शुक्र अल्लाह का। पहले सर बहुत बहुत मुबारक हो तुहानू, तुसीं माशाल्लाह अपना ना जगह वधा ली है क्लब ट्रेनिंग वास्ते ना मुंडियां दे, काफ़ी वड्डा ग्राउंड कर लिया वा, तो किन्नी जगह तुसीं कीती है सर दस्सो जरा। ਕੀ ਖੈਰ ਮੁਬਾਰਕ, ਬਹੁਤ ਬਹੁਤ ਤਕਰੀਬਨ ਚਾਰ ਕਨਾਲਾਂ ਜਗ੍ਹਾ ਜਿਹੜੀ ਇਹਨਾਂ ਗਰਾਊਂਡ ਵੱਡਾ ਕੀਤਾ, ਛੋਟਾ ਸੀ ਮੁੰਡੇ ਕਾਫੀ ਹੋ ਜਾਂਦੇ ਸੀ, ਟ੍ਰੇਨਿੰਗ ਨਹੀਂ ਸੀ ਅੱਛੇ ਤਰੀਕੇ ਨਾਲ ਹੁੰਦੇ। ਅੱਛਾ ਸਰ ਇਹ ਦੱਸੋ ਕਿ ਆਪਣੇ ਕੋਲ ਮਾਸ਼ਾਅੱਲਾ ਕਿੰਨੇ ਮੁੰਡੇ ਟ੍ਰੇਨਿੰਗ ਕਰਦੇ ਨੇ ਪਿੰਡ ਵਿੱਚ ਨਾ ਮਤਲਬ ਟੋਟਲ ਸਰੀਰ ਤੁਹਾਡੇ ਜਾਂ ਜਿਹੜੇ ਵੀ ਅੱਗੋਂ ਪਿੱਛੇ ਜਿੰਨੇ ਮੁੰਡੇ ਆਉਂਦੇ ਆ ਟੋਟਲ ਕਿੰਨੇ ਮੁੰਡੇ ਆ ਇਸ ਟਾਈਮ ਤੁਹਾਡੇ ਕੋਲ? ਮੁੰਡੇ ਕਾਫੀ ਆ, 40 ਕੁ ਮੁੰਡੇ ਹੋਣੇ ਜਿਹੜੇ ਬਾਹਰੋਂ ਵੀ ਹੁੰਦੇ ਆ, ਪਿੰਡ ਦੇ ਵੀ ਹੁੰਦੇ ਆ, ਆਪਣੇ ਵੀ ਮੁੰਡੇ ਹੁੰਦੇ, 40-45 ਹੋ ਜਾਂਦੇ, ਕਿਸੇ ਟਾਈਮ ਕਾਫੀ ਜ਼ਿਆਦਾ ਵੀ ਹੋ ਜਾਂਦੇ ਆ, ਘੱਟ ਵੀ ਹੋ ਜਾਂਦੇ। अक्सर लोग सानू फोन करके कहते हैं मलक भी नहीं है मेरे को, शगिर्द पाना मुंडा से मतलब जाके मतलब जाना पेंड उन्होंने, तो शगिर्द की तरीका कर गया तेरे को मुंडा कोई शगिर्द पैना चाहे कि मिले कि आए वो? पहली गल तो असी तो आप खुद ही शगिर्द हाँ, जिनी देर तक इंसान कोई भी है ना सीखता ना तो उन्नी देर तक उन्हू सीखना ही चाहिए स्टूडेंट रह के, ਅਤੇ ਭਾਈ ਆ ਉਹ ਟ੍ਰੇਨਿੰਗ ਟ੍ਰੂਨਿੰਗ ਕਰਾਉਂਦੇ, ਅਸੀਂ ਆਪ ਕਰੀ ਦੀ ਟ੍ਰੇਨਿੰਗ ਉਹਨਾਂ ਕੋਲ ਹੀ, ਭਾਈ ਦੀ ਸ਼ਗਿਰਦ ਆ ਬਾਈ ਮਾਨ ਲਾ ਦੇ ਜਿੰਨੇ ਵੀ ਆ, ਆਪਣਾ ਕੋਈ ਨਹੀਂ ਆ। ਅੱਛਾ ਇਹਦੀ ਕੋਈ ਫੀਸ ਵਗੈਰਾ ਵੀ ਹੈਗੀ ਆ ਮਤਲਬ ਟ੍ਰੇਨਿੰਗ ਕਰਾਉਣ ਦੇ ਜਾਂ ਬਿਲਕੁਲ ਫ੍ਰੀ ਜੇ ਇਹ ਦੱਸੋ ਜ਼ਰਾ? ਨਹੀਂ ਨਹੀਂ ਕੋਈ ਫੀਸ ਨਹੀਂ ਆ, ਜਿਹਨੇ ਇੱਥੇ ਰਹਿਣਾ ਉਹਨੇ ਆਪਣਾ ਖਰਚਾ ਕਰਨਾ ਸਹੀ ਆ, ਬਾਕੀ ਜਿਹੜਾ ਉੱਤੇ ਖਰਚਾ ਹੋਣਾ ਉਹ ਅਸੀਂ ਆਪਣੇ ਕੋਲੋਂ ਕਰੀਦਾ, ਜਿੰਨਾ ਵੀ ਆ ਖਰਚਾ ਖੁਰਚਾ ਜਿਹੜਾ ਨਾ ਆਪਣੇ ਕੋਲੋਂ ਕਰੀਦਾ, ਬਾਕੀ ਜਿਹੜਾ ਉਹਨੇ ਓਵਰ ਖਾਣਾ ਖੁਣਾ ਆਪਣਾ ਉਹਨੇ ਆਪ ਖਾਣਾ, ਬਾਕੀ ਸਾਰਾ ਜਿੰਨਾ ਵੀ ਆ ਖਰਚਾ ਅਸੀਂ, ਫੀਸ ਕੋਈ ਨਹੀਂ, ਬਿਲਕੁਲ ਫ੍ਰੀ। ਰਿਹਾਇਸ਼ ਵਗੈਰਾ ਤੁਸੀਂ ਦਿੰਦੇ ਹੋ ਮਤਲਬ ਦੂਰੋਂ ਕੋਈ ਬੰਦਾ ਆਉਂਦਾ? ਰਿਹਾਇਸ਼ ਆ ਬਿਲਕੁਲ ਫ੍ਰੀ, ਸਭ ਕੁਛ ਹੀ ਦਿੱਤੀ ਉਹਨਾਂ ਨੇ, ਸਹੂਲਤਾਂ ਜਿਹੜੀਆਂ ਮੁੰਡੇ ਜਿਹੜੇ ਬਿਸਤਰਾ ਵਗੈਰਾ ਰਿਹਾਇਸ਼ ਹਰ ਚੀਜ਼ ਸਭ ਕੁਛ ਹੀ ਦਿੱਤਾ ਉਹਨਾਂ ਨੇ, ਬਿਸਤਰਾ ਵਗੈਰਾ ਰਿਹਾਇਸ਼ ਹਰ ਚੀਜ਼ ਫ੍ਰੀ ਮਿਲੇਗੀ ਇੱਥੇ, ਲੇਕਿਨ ਖਾਣਾ ਉਹਨਾਂ ਦਾ ਖਰਚਾ ਆਪਣਾ ਹੋਏਗਾ। ਜਿਹੜਾ ਕੋਈ ਦੋਸਤ ਆ ਚਾਹੁੰਦਾ ਇੱਥੇ ਖੁੱਲਿਆਂ ਵਾਲਾ ਦੇ ਲਾਗੇ ਪਿੰਡ ਆ ਉਹਨਾਂ ਜਿਹੜਾ ਵਾਲੇ ਰੋਡ 'ਤੇ ਬੁੱਢੇ ਚੱਕ ਇੱਥੇ ਆ ਸਕਦਾ ਵਾ। ਅਤੇ ਹੋਰ ਕੁਛ ਕਹਿਣਾ ਚਾਹੋਗੇ ਆਪਣੇ ਫੈਨ ਨੂੰ? ਮੈਂ ਇਹ ਕਹਿ ਰਿਹਾ ਜਿਹੜੇ ਲੜਕੇ ਨਾ ਨਹੀਂ ਅਫੋਰਡ ਕਰ ਸਕਦੇ, ਐਸੇ ਵੀ ਲੜਕੇ ਆ ਜਿਹਨੇ ਕੋਈ ਰੁਪਈਆ ਵੀ ਨਹੀਂ ਲੈਂਦੇ, ਜਿਹੜੇ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਵੈਸੇ ਵੀ ਟ੍ਰੇਨਿੰਗ ਕਰਾਈ ਦੀ, ਖਾਣਾ ਵੀ ਆਪਣੇ ਕੋਲੋਂ ਦੇਈਦਾ, ਕੋਈ ਕੰਮ ਵੀ ਨਹੀਂ ਕਰਾਈਦਾ। ਇਹ ਨਾ ਹੁੰਦਾ ਨਾ ਬਾਕੀ ਕੋਈ ਹੈਗੇ ਆ ਜਿਹੜੇ ਆਪਣੇ ਡੰਗਰਾਂ ਨੂੰ ਪੱਠੇ ਪਾਉਂਦੇ ਕੰਮ ਕਰਾਉਂਦੇ, ਨਹੀਂ ਜਿਹਨੇ ਟ੍ਰੇਨਿੰਗ ਕਰਨੀ ਆ ਗਰੀਬ ਆ ਉਹਨੂੰ ਵੈਸੇ ਟ੍ਰੇਨਿੰਗ ਵੀ ਕਰਾਈ ਦੀ ਆ, ਖਰਚਾ ਆਪਣਾ ਕਰੀਦਾ, ਬਿਲਕੁਲ ਫ੍ਰੀ ਉਹਦੀ ਟ੍ਰੇਨਿੰਗ ਵੀ ਕਰਾਈ ਦੀ, ਉਹਨੂੰ ਸਭ ਕੁਝ ਦੇਈਦਾ। ਸਿਮਰਨ ਸਾਹਿਬ ਤੁਹਾਨੂੰ ਇਹ ਦੱਸੋ ਕਿ ਤੁਸੀਂ ਮਾਸ਼ਾਅੱਲਾ ਕਿੰਨੇ ਭਾਈ ਹੋ ਇਸ ਟਾਈਮ? ਅਸੀਂ 4 ਭਾਈ ਹਾਂ ਜਿਹੜੇ ਨਾ, ਮੈਂ ਸਾਰਿਆਂ ਦੇ ਛੋਟਾ ਭਾਈ ਹਾਂ। ਅਤੇ ਚਾਰੇ ਭਾਈ ਕਬੱਡੀ ਖੇਡਦੇ ਜਾਂ ਤੁਸੀਂ ਇਕੱਲੇ ਖੇਡ ਰਹੇ ਹੋ ਇਸ ਟਾਈਮ? ਨਹੀਂ ਮੈਂ ਇਕੱਲਾ ਹੀ ਖੇਡਦਾ, ਮੈਂ ਛੋਟਾ ਸਾਰਿਆਂ ਤੋਂ ਇਕੱਲਾ ਹੀ ਖੇਡਦਾ। ਅੱਛਾ ਅੱਛਾ, ਬਾਕੀ ਭਾਈ ਕੀ ਕਰਦੇ ਆਪਣੇ? ਇੱਕ ਭਾਈ ਬਾਹਰ ਹੁੰਦਾ ਵਾ ਸਾਊਦੀ ਅਰਬ, ਨਾਮ ਕੀ ਹੋਵੇ? ਇਹਸਾਨ ਲਾ, ਅਤੇ ਇੱਕ ਭਾਈ ਮਾਨ ਲਾ, ਉਹਦਾ ਤਾਂ ਪਤਾ ਹੀ ਤੁਹਾਨੂੰ। ਇੱਕ ਭਾਈ ਫੀਸ ਲਾ ਤੁਹਾਡੇ ਲਾਗੇ ਹੀ ਆ, ਇਹ ਆਪਣੇ ਡੰਗਰ ਡੁੰਗਰ ਰੱਖੇ ਆ ਨਾਲ ਵਾਈ ਬੋਈ। ਅੱਛਾ ਤੁਸੀਂ ਵੀ ਕੋਈ ਵਾਈ ਵਗੈਰਾ ਕਰਦੇ ਹੋ ਕਿ ਨਹੀਂ ਬਸ ਸਿਰਫ ਕਬੱਡੀ? ਨਹੀਂ ਮੈਂ ਪਹਿਲਾਂ ਕਰਦਾ ਸੀ ਕਾਫੀ, ਹੁਣ ਤਾਂ ਮਸਰੂਫੀਅਤ ਕਾਫੀ ਆ, ਕਰ ਲਈਦੀ ਆ, ਹੁਣ ਵੀ ਜਲ ਜਾਈਦਾ ਖੇਤਾਂ ਖੁੱਤਾਂ ਨੂੰ ਪਾਣੀ ਪੂਣੀ ਹੋਵੇ ਜਾਂ ਕੋਈ ਕੰਮ ਹੋਵੇ ਕਰ ਲਈਦਾ, ਕਰ ਲਈਦਾ ਕੰਮ ਜੇ। ਇੱਕ ਆਖਰੀ ਸਵਾਲ ਤੁਹਾਨੂੰ ਕਰਨਾ ਸੀ ਕਿ ਅਕਸਰ ਜਦੋਂ ਲੋਕ ਫੇਮ ਦੇ ਵਿੱਚ ਆਉਂਦੇ, ਫੇਮਸ ਹੋ ਜਾਂਦਾ ਟਿਕਟੋਕਰ ਖਾਸ ਤੌਰ 'ਤੇ, ਉਹ ਬੰਦਿਆਂ ਨੂੰ ਨਹੀਂ ਮਿਲਦਾ, ਲੇਕਿਨ ਤੁਹਾਡੇ 'ਚ ਮੈਂ ਗੱਲ ਵੇਖੀ ਕਿ ਤੁਹਾਡੇ ਕੋਲ ਬੜੇ ਬੰਦੇ ਆਉਂਦੇ, ਤੁਸੀਂ ਸਾਰਿਆਂ ਨੂੰ ਮਿਲਦੇ ਆ, ਜਿਹੜੇ ਨਹੀਂ ਮਿਲਦੇ ਮਤਲਬ ਜੋ ਮਤਲਬ ਫੇਮ ਹੋ ਜਾਂਦਾ ਬੰਦਾ ਯਾਨੀ ਕਿ ਉਹ ਨਹੀਂ ਮਿਲਦੇ, ਉਹਨਾਂ ਵਾਸਤੇ ਕੀ ਪੈਗਾਮ ਦਿਓਗੇ ਤੁਸੀਂ? ਮੈਂ ਇਹ ਗੱਲ ਕਹਿੰਦਾ ਹਰ ਇੱਕ ਇਨਸਾਨ ਸਟਾਰ ਆ, ਬਹੁਤ ਲੋਕ ਹੁੰਦੇ ਆ ਕਿ ਨਾ ਇੱਕ ਦੂਜੇ ਦੇ ਖਿਲਾਫ਼ ਕੋਈ ਵੀ ਆ ਸਟਾਰ ਲਾਲਾ ਉਹਨਾਂ ਦੀਆਂ ਗੱਲਾਂ ਕਰਦੇ ਆ ਕਿ ਉਹ ਮਿਲਦਾ ਨਹੀਂ ਇੱਦਾਂ, ਬਾਕੀ ਉਹਦੀ ਇੱਕ ਲਾਈਫ ਹੁੰਦੀ ਆ। ਚਲੋ ਸਾਨੂੰ ਡਿਪਾਰਟਮੈਂਟ ਲੱਗੇ ਆ, ਮਹਿਕਮੇ ਲੱਗੇ, ਕੋਈ ਐਸੇ ਵੀ ਆ ਜਿਨ੍ਹਾਂ ਨੇ ਬਸ ਆਪਣਾ ਕੰਮ ਕਰਨਾ ਹੁੰਦਾ,
ਅਤੇ ਉਹਨਾਂ ਨੇ ਉੱਚੋ ਹੀ ਖਾਣਾ ਆਪਣੇ ਲੋਕ ਜਿਹੜੇ ਜਾਂਦੇ ਆ ਆਪਣਾ ਫੇਮ ਹਾਸਲ ਕਰਨ ਲਈ ਇਹਨਾਂ ਪਾਉਣ ਲਈ ਉਹਨੂੰ ਬਦਨਾਮ ਕਰਨ ਲੱਗ ਪੈਂਦੇ। ਕੋਈ ਵੀ ਮੇਰੇ ਤੋਂ ਹਟ ਕੇ ਨਾ ਕੋਈ ਵੀ ਟਿਕਟੋਕ 'ਤੇ ਆ ਹੈਗੇ ਆ ਕੋਈ ਐਸੀਆਂ ਸਲੈਬਰਿਟੀਆਂ ਹੈਗੀਆਂ ਜਿਨ੍ਹਾਂ ਨੇ ਆਪਣਾ ਕੰਮ ਕਰਨਾ ਹੁੰਦਾ ਅਤੇ ਸ਼ਾਮ ਨੂੰ ਖਾਣਾ ਖਾਣਾ, ਕੰਮ ਕਰਨਗੇ ਖੇਤਾਂ 'ਚ ਕਰਨਗੇ ਜੋ ਵੀ ਕਰਨਗੇ, ਅਸੀਂ ਲੋਕ ਜਾਂਦੇ ਹਾਂ ਜਾ ਕੇ ਦੇਖਦੇ ਹਾਂ। ਉਹਨੇ ਕੋਈ ਵੀ ਆ ਕੋਈ ਟਾਈਮ ਫਿਕਸ ਕੀਤਾ ਕਿਸੇ ਨੇ ਵੀ ਕੀਤਾ, ਉਹ ਜਾਓ ਉਹਦੇ ਕੋਲ ਮਿਲਦਾ ਤੁਹਾਨੂੰ। ਅਤੇ ਉਹਦੀ ਇੱਕ ਜਿਹੜਾ ਸਟਾਰ ਹੁੰਦਾ ਉਹਦੀ ਲਾਈਫ ਕੁਛ ਜ਼ਿਆਦਾ ਬਿਜ਼ੀ ਹੋ ਜਾਂਦੀ, ਅਤੇ ਉਹਦੇ ਘਰ ਵਾਲਦਾ ਵੀ ਹੁੰਦੀ ਆ, ਉਹਦੀ ਭਾਈ ਵੀ ਹੁੰਦੇ ਆ, ਸਭ ਕੁਛ ਹੀ ਹੁੰਦਾ, ਦੋਸਤ ਰਿਸ਼ਤੇਦਾਰ, ਸ਼ਾਦੀਆਂ, ਖੁਸ਼ੀਆਂ, ਗਮੀਆਂ ਸਭ ਕੁਛ ਹੁੰਦੇ ਉਹਦੀ ਲਾਈਫ 'ਚ ਵੀ, ਉਹਨੇ ਸਾਰੇ ਅਟੈਂਡ ਕਰਨੇ। ਅਤੇ ਜਿਹੜਾ ਸਟਾਰ ਹੁੰਦਾ ਉੱਤੇ ਜ਼ਿਆਦਾ ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਹੁੰਦਾ, ਕਿਸੇ ਦੀ ਫੋਤਗੀ ਵੀ ਹੋ ਜਾਏ ਨਾ ਉਹਦਾ ਲਾਜ਼ਮੀ ਹੁੰਦਾ ਜਾਣਾ। ਸ਼ਾਦੀ 'ਤੇ ਵੀ ਉਹਨੂੰ ਵੀ ਇਨਵਾਈਟ ਕਰਦੇ ਸਾਰੇ ਖਾਨਦਾਨ 'ਚੋਂ ਨਾ, ਵੀ ਇਹ ਲਾਜ਼ਮੀ ਹੋਣਾ ਚਾਹੀਦਾ। ਅਤੇ ਉਹ ਸਟਾਰ ਹੁੰਦਾ ਉਹਦੀ ਲਾਈਫ ਬਹੁਤ ਜ਼ਿਆਦਾ ਬਿਜ਼ੀ ਹੁੰਦੀ ਆ, ਅਤੇ ਉਹ ਆ ਕੇ ਨਾ ਲੋਕ ਹੁੰਦੇ ਆ ਜਾ ਕੇ ਨਹੀਂ ਮਿਲਦਾ, ਕਹਿੰਦੇ ਉਹ 'ਚ ਐਟੀਟਿਊਡ ਆ ਗਿਆ, ਗਰੂਰ ਆ ਗਿਆ, ਉਹ ਭੁੱਲ ਗਿਆ ਆਪਣੇ ਪੁਰਾਣੇ ਵਕਤ ਨੂੰ। ਵਕਤ ਨੂੰ ਭੁੱਲਿਆ ਨਹੀਂ ਹੁੰਦਾ, ਉਹਦੀ ਲਾਈਫ ਬਹੁਤ ਜ਼ਿਆਦਾ ਬਿਜ਼ੀ ਹੋ ਗਈ ਹੁੰਦੀ। ਅਤੇ ਬਾਕੀ ਸਾਡੇ ਜਿਹੜੇ ਆ ਜਾਂ ਮੈਂ ਕੱਢ ਕੇ ਜਿੰਨੇ ਵੀ ਆ ਲੋਕ ਨਾ ਟਿਕਟੋਕ 'ਤੇ ਆ, ਇੱਕ ਵਕਾਰ ਭਿੰਡਰ ਉਹਦੇ ਬਹੁਤ ਖਿਲਾਫ ਹੋਏ ਆ, ਸਹੀ ਆ, ਉਹ ਬਹੁਤ ਅੱਛਾ ਇਨਸਾਨ ਆ, ਮੈਂ ਖੁਦ ਉਹਨੂੰ ਮਿਲਿਆ ਅਤੇ ਮੈਂ ਖੁਦ ਉਹਦਾ ਫੈਨ ਹਾਂ, ਅੱਛਾ ਇਨਸਾਨ, ਹਾਂ ਆਇਆ ਸੀ, ਅੱਛਾ ਇਨਸਾਨ ਆ। ਲੋਕ ਉਹਨੂੰ ਬਦਨਾਮ ਕਰਨ ਲਈ ਨਾ ਬਹੁਤ ਜ਼ਿਆਦਾ ਪੋਸਟਾਂ ਬਣਾਉਣ ਡੇ, ਉਹ ਮਿਲਦਾ ਨਹੀਂ ਉਹ ਇੱਦਾਂ, ਅਤੇ ਬਾਕੀ ਗਲਤ ਆ। ਮੈਂ ਇਹੀ ਕਹੂੰਗਾ ਉਹਨਾਂ ਨੂੰ ਵੀ ਕਿਸੇ ਨੂੰ ਬਦਨਾਮ ਕਰਕੇ ਫੇਮ ਨਹੀਂ ਹਾਸਲ ਕੀਤਾ ਜਾਂਦਾ, ਉਹ ਚੰਦ ਦੇਣ ਲਈ ਹੁੰਦਾ ਫੇਮ, ਜਿਹੜਾ ਹੋਵੇ ਨਾ ਚੰਦ ਦੇਣ ਲਈ ਹੁੰਦਾ, ਅਤੇ ਉਹ ਫੇਮ ਕੋਈ ਨਹੀਂ ਹੁੰਦਾ। ਜੀ ਬਹੁਤ ਸ਼ੁਕਰੀਆ ਸਰ, ਕੋਈ ਪੈਗਾਮ ਦੇਣਾ ਚਾਹੋ ਆਪਣੇ ਚਾਹੁੰਦੇ ਵਾਲਿਆਂ ਨੂੰ? ਮੈਂ ਆਪਣੇ ਚਾਹੁਣ ਵਾਲਿਆਂ ਨੂੰ ਇਹੀ ਕਹੂੰਗਾ ਕਿ ਉਹ ਸਾਡੇ ਲਈ ਦੁਆ ਕਰਦਿਆ ਕਰਨ, ਅਸੀਂ ਹੋਰ ਇਹਨਾਂ ਕੋਲ ਕੁਛ ਨਹੀਂ ਮੰਗਦੇ, ਇੱਕ ਦੁਆ ਹੀ ਆ, ਦੁਆ ਸਾਡੇ ਲਈ ਕਰਦਿਆ ਕਰਨ, ਅੱਲਾਹ ਪਾਕ ਸਿਹਤ ਦਿੱਤੀ ਰੱਖੇ, ਇੱਦਾਂ ਹੀ ਟ੍ਰੇਨਿੰਗ ਮਿਹਨਤ ਕਰਦੇ ਰਹੀਏ, ਅਤੇ ਇਨਸ਼ਾਅੱਲਾ ਜਿਹੜੀ ਆ ਅੱਛੀ ਗੇਮ ਕਰਕੇ ਦਿਖਾਵਾਂਗੇ। ਜੀ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਅੱਜ ਮੁੰਡਾ ਆਪਣਾ ਅੱਜ ਮਾਸ਼ਾਅੱਲਾ ਮਤਲਬ ਦੁਨੀਆ ਮੇਰਾ ਸ਼ਿਕਿਰਤ ਪੈਣ ਵਾਸਤੇ ਆਇਆ ਉਹਦੇ ਪਿੰਡ ਬੁੱਢੇ ਚੱਕ। ਸ਼ਿਕਿਤ ਕਿੱਥੋਂ ਆਇਆ ਜੀ ਭਾਈ? ਕਿੱਥੋਂ ਆਇਆ ਸ਼ਿਕਿਤ? ਕਾਠ ਚੱਕ ਮਾਰਾ। ਕਾਠ ਚੱਕ?